ਪਹਿਲਾਂ ਤੇ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਸਤਸਰੀਕਾਲ ਕੀ ਹਾਲਚਾਲ ਠੀਕ ਠਾਕ ਮੈਂ ਗੁਰਜਿੰਦਰ ਸਿੰਘ ਜਰਮਨੀ ਤੋਂ ਤੁਹਾਡੇ ਵਾਸਤੇ ਫਿਰ ਇੱਕ ਹੋਰ ਇਨਫੋਰਮੇਸ਼ਨ ਲੈ ਕੇ ਆਇਆ ਆ ਆਪਾਂ ਅੱਜ ਗੱਲ ਕਰਨੀ ਆ ਵੀ ਮਿਨੀਮਮ ਸੈਲਰੀ ਜਿਹੜੀ ਇੱਕ ਨਾਰਮਲ ਬੰਦਾ ਜਰਮਨ ਦੇ ਵਿੱਚ ਕਿੰਨੀ ਲੈ ਲੈਂਦਾ ਤੁਸੀਂ ਮੈਨੂੰ ਇਹਦੇ ਬਾਰੇ ਪੁੱਛਿਆ ਸੀ ਵੀ ਇੱਕ ਘੰਟੇ ਦੇ ਆਪਾਂ ਨੂੰ ਮਿਨੀਮਮ ਸੈਲਰੀ ਆ ਘੱਟ ਤੋਂ ਘੱਟ ਕਿੰਨੇ ਮਿਲ ਜਾਂਦੇ ਆ ਇੱਕ ਮਹੀਨੇ ਦੇ ਕਿੰਨੇ ਬਣਦੇ ਆ ਤੇ ਟੈਕਸ ਕੱਟ ਕਟਾ ਕੇ ਆਪਣੇ ਅਕਾਊਂਟ ਦੇ ਵਿੱਚ ਕਿੰਨੀ ਤਨਖਾਹ ਜਾਂਦੀ ਆ ਆਪਾਂ ਇਹਦੇ ਬਾਰੇ ਗੱਲ ਕਰਾਂਗੇ ਉਹ ਤੋਂ ਇਲਾਵਾ ਮੈਂ ਤੁਹਾਨੂੰ ਦੱਸੂਗਾ ਵੀ ਜਰਮਨ ਦੇ ਵਿੱਚ ਤਨਖਾਹ ਵੀ ਵਧੀ ਸੀ ਕੁਝ ਸੇਅਰ ਪਹਿਲਾਂ ਪਹਿਲਾਂ ਕਿੰਨੀ ਮਿਲਦੀ ਸੀ ਹੁਣ ਕਿੰਨੀ ਤਨਖਾਹ ਮਿਲਦੀ ਆ ਆਪਾਂ ਨੂੰ ਤੇ ਹੋਰ ਕਿੰਨੀ ਤਨਖਾਹ ਵਧਣੀ ਜਰਮਨ ਦੇ ਵਿੱਚ ਵੀ ਹੁਣ ਤਨਖਾਹ ਵਧੀ ਆ ਤੇ ਹੋਰ ਤਨਖਾਹ ਵਧਣੀ ਆ ਆਪਾਂ ਉਹਦੇ ਬਾਰੇ ਵੀ ਗੱਲ ਕਰਾਂਗੇ ਠੀਕ ਨਾ ਹੁਣ ਆਪਾਂ ਗੱਲ ਕਰਦੇ ਆ ਤਨਖਾਹ ਦੀ ਸਟਾਰਟ ਵੀ ਨਾਰਮਲ ਬੰਦੇ ਦੀ 1 ਘੰਟੇ ਦੀ ਕਿੰਨੀ ਮਿਲ ਜਾਂਦੀ ਤੇ ਮੰਥ ਦੀ ਕਿੰਨੀ ਮਿਲ ਜਾਂਦੀ ਟੈਕਸ ਕੱਟ ਕਟਾ ਕੇ ਕਿੰਨੀ ਤਨਖਾਹ ਮਿਲ ਜਾਂਦੀ ਠੀਕ ਹੈ ਨਾ ਸਭ ਤੋਂ ਪਹਿਲਾਂ ਮੈਂ ਵੀਰ ਤੁਹਾਨੂੰ ਦੋ ਤਿੰਨ ਚੀਜ਼ਾਂ ਦੱਸਣੀਆਂ ਚਾਹੁੰਨਾ ਜਦੋਂ ਤੁਸੀਂ ਜਰਮਨ ਚਾਓ ਤੁਹਾਨੂੰ ਆ ਦੋ ਤਿੰਨ ਚੀਜ਼ਾਂ ساری ਉਮਰ ਕੰਮ ਆਉਣੀਆਂ ਜਦੋਂ ਆਪਾਂ ਨੂੰ ਤਨਖਾਹ ਮਿਲਦੀ ਤਨਖਾਹ ਦੇ ਵਿੱਚੋਂ ਆਪਣਾ ਕੱਟਿਆ ਜਾਂਦਾ ਟੈਕਸ ਤੇ ਟੈਕਸ ਕਿਹੜੇ ਹਿਸਾਬ ਨਾਲ ਕੱਟਿਆ ਜਾਂਦਾ ਉਹ ਕਿਹੜੀਆਂ ਚੀਜ਼ਾਂ ਨੇ ਕਿਹੜੀਆਂ ਚੀਜ਼ਾਂ ਤੇ ਡਿਪੈਂਡ ਕਰਦਾ ਟੈਕਸ ਦੇਖੋ ਵੀਰ ਮੇਰਾ ਸਭ ਤੋਂ ਪਹਿਲਾਂ ਤੇ ਜਰਮਨ ਦੇ ਵਿੱਚ ਟੈਕਸ ਨੰਬਰ 1 ਤੋਂ ਲੈ ਕੇ ਤੇ 6 ਟੈਕਸ ਨੰਬਰ ਦੀ ਜਿਹੜੀ ਆ ਹਰ ਇੱਕ ਦੀ ਪਰਸੈਂਟੇਜ ਵੱਖਰੀ ਵੱਖਰੀ ਆ ਟੈਕਸ ਦੀ ਠੀਕ ਹੈ ਨਾ ਜਿੱਦਾਂ ਤੁਹਾਨੂੰ ਮੈਂ ਇੱਕ ਐਗਜ਼ਾਮਪਲ ਦੱਸ ਦੇਣਾ ਜਿਹੜਾ ਟੈਕਸ ਨੰਬਰ 1 ਹੁੰਦਾ ਜਿੰਨੇ ਸਾਰੇ ਸਿੰਗਲ ਨੇ ਜਿਨ੍ਹਾਂ ਦਾ ਵਿਆਹ ਨਹੀਂ ਹੋਇਆ ਉਹਨਾਂ ਦਾ ਟੈਕਸ ਨੰਬਰ 1 ਹੁੰਦਾ ਠੀਕ ਆ ਜਿਨ੍ਹਾਂ ਦਾ ਵਿਆਹ ਹੋ ਜਾਂਦਾ ਉਹ ਕੰਬੀਨੇਸ਼ਨ ਕਰ ਸਕਦੇ ਨਾਰਮਲ ਜਦੋਂ ਉਹਨਾਂ ਦਾ ਵਿਆਹ ਹੁੰਦਾ ਉਹਨਾਂ ਨੂੰ 4-4 ਦੋਨਾਂ ਨੂੰ ਟੈਕਸ ਨੰਬਰ ਮਿਲ ਜਾਂਦਾ ਤੇ ਜੇ ਆਪਾਂ ਗੱਲ ਕਰੀਏ ਆਪ ਚੇਂਜ ਕਰਨਾ ਤੁਸੀਂ ਤੇ 3-5 ਦਾ ਕੰਬੀਨੇਸ਼ਨ ਕਰ ਸਕਦੇ ਹੋ ਠੀਕ ਹੈ ਨਾ ਇਹਦੇ ਬਾਰੇ ਆਪਾਂ ਗੱਲ ਕਰਾਂਗੇ ਫਿਰ ਕਿਸੇ ਹੋਰ ਦਿਨ ਟੈਕਸ ਬਾਰੇ ਕਿਉਂਕਿ ਵੀਡੀਓ ਆਪਣੀ ਬਹੁਤ ਲੰਬੀ ਹੋ ਜਾਣੀ ਠੀਕ ਹੈ ਨਾ ਇਦਾਂ ਟੈਕਸ ਦਾ ਜਿਹੜਾ ਫਰਕ ਪੈ ਸਕਦਾ ਤੁਹਾਡੀ ਤਨਖਾਹ ਦਾ ਠੀਕ ਆ ਦੂਜੀ ਗੱਲ ਤਹਾਡੀ ਤਨਖਾਹ ਕਿੰਨੀ ਆ ਜੇ ਤੁਸੀਂ 2000 ਆ 2500 ਆ ਜਾਂ 3000 ਆ ਉਹ ਰਿਹਾ ਤੇ ਤੁਹਾਨੂੰ ਉਹਦੇ ਹਿਸਾਬ ਨਾਲ ਜਿਹੜੀ ਤਨਖਾਹ ਚ ਤੁਹਾਡਾ ਟੈਕਸ ਕੱਟਿਆ ਜਾਣਾ ਜਿੰਨੀ ਜ਼ਿਆਦਾ ਤਨਖਾਹ ਉਹਨਾਂ ਜ਼ਿਆਦਾ ਟੈਕਸ ਕੱਟਿਆ ਜਾਣਾ ਤੀਜੀ ਗੱਲ ਜਰਮਨ ਦੇ ਵਿੱਚ ਤੁਸੀਂ ਕਿਸ ਏਰੀਆ ਦੇ ਵਿੱਚ ਆਏ ਹੋ ਤੁਸੀਂ ਕਿਸ ਏਰੀਆ ਦੇ ਵਿੱਚ ਕੰਮ ਕਰ ਰਹੇ ਹੋ ਕਿਉਂਕਿ ਜਰਮਨ ਦੇ ਵਿੱਚ ਹਰ ਇੱਕ ਏਰੀਏ ਦੀ ਥੋੜੀ ਬਹੁਤੀ ਪਰਸੈਂਟੇਜ ਉੱਤੇ ਥੱਲੇ ਹੋ ਜਾਂਦੀ ਜਿਹੜੀ ਤਨਖਾਹ ਮਿਲਦੀ ਨਾ ਜਿਹੜੀ ਆਪਾਂ ਮਿਨੀਮਮ ਸੈਲਰੀ ਦੀ ਹੁਣ ਗੱਲ ਕਰਨ ਲੱਗੇ ਆਂ ਉਹ ਸਾਰੇ ਬੰਨੇ ਜਿਹੜਾ ਮਿਨੀਮਮ ਪ੍ਰਾਈਸ ਹੁੰਦਾ ਉਹ ਸੇਮ ਹੁੰਦਾ ਜਿਹੜਾ ਟੈਕਸ ਕੱਟ ਕਟਾ ਕੇ ਮਿਲਦਾ ਵੱਖਰਾ ਵੱਖਰਾ ਹੁੰਦਾ ਠੀਕ ਹੈ ਨਾ ਇਸ ਦੇ ਬਾਰੇ ਆਪਾਂ ਗੱਲ ਕਰਨ ਲੱਗੇ ਠੀਕ ਆ ਸਭ ਤੋਂ ਪਹਿਲਾਂ ਜੇ ਆਪਾਂ ਗੱਲ ਕਰੀਏ 1 7 2020 ਦੀ ਤੇ ਆਪਾਂ ਨੂੰ 9 ਯੂਰੋ ਤੇ 84 ਪੈਸੇ ਮਿਲਦੇ ਸੀ ਇੱਕ ਘੰਟੇ ਦੇ ਠੀਕ ਆ ਕੁਝ ਟਾਈਮ ਬਾਅਦ ਤਨਖਾਹ ਵਧੀ ਇਹ ਨਹੀਂ ਵੀ ਕੁਝ ਯੂਰੋ ਵਧੇ ਕੁਝ ਪੈਸੇ ਵਧੇ ਜਦਾਂ 1 1 2021 ਦੇ ਵਿੱਚ ਆਪਾਂ ਨੂੰ ਮਿਲਣ ਲੱਗ ਪਏ 10 ਯੂਰੋ ਤੇ 33 ਪੈਸੇ ਠੀਕ ਆ 10 ਯੂਰੋ 33 ਪੈਸੇ ਮਿਲ ਲੱਗ ਪਏ ਫਿਰ ਬਾਅਦ ਵਿੱਚ ਤਨਖਾਹ ਵਧੀ 1 1 2022 ਦੇ ਵਿੱਚ ਆਪਾਂ ਨੂੰ ਮਿਲ ਲੱਗ ਪੇ 10 ਯੂਰੋ ਤੇ 82 ਪੈਸੇ 10 ਯੂਰੋ 82 ਪੈਸੇ ਮਿਲ ਲੱਗ ਪੇ ਤੇ ਜੇ ਹੁਣ ਆਪਾਂ ਮਹੀਨੇ ਦਾ ਹਿਸਾਬ ਲਾਈਏ ਜਿਹੜਾ ਜਰਮਨ ਦੇ ਵਿੱਚ ਕੰਟਰੈਕਟ ਹੁੰਦਾ ਮੈਨੂੰ 12 13 ਸਾਲ ਹੋ ਗਏ ਜਰਮਨ ਦੇ ਵਿੱਚ ਹਰ ਇੱਕ ਕੰਪਨੀ ਹਰ ਇੱਕ ਫਰਮ ਦਾ ਆਪਣਾ ਆਪਣਾ ਕੰਟਰੈਕਟ ਹੁੰਦਾ ਕਈਆਂ ਦਾ 160 ਘੰਟੇ ਦਾ ਮਹੀਨੇ ਦਾ ਕੰਟਰੈਕਟ ਹੁੰਦਾ ਕੰਮ ਦਾ ਜਿਹੜਾ ਤੁਹਾਡਾ ਫਤਰਾਕ ਹੁੰਦਾ ਤੇ ਕਈਆਂ ਦਾ 169 ਘੰਟੇ ਦਾ ਇਸ ਕਰਕੇ ਜਿਹੜੀ ਮੈਂ ਤਨਖਾਹ ਬਣਾਈ ਆ ਉਹ ਮੈਂ ਬਣਾਈ ਆ 169 ਘੰਟਿਆਂ ਦੇ ਹਿਸਾਬ ਨਾਲ ਠੀਕ ਆ ਹੋ ਸਕਦਾ ਜਿੱਥੇ ਵੀ ਤੁਸੀਂ ਕਰੋ ਤੁਹਾਡੀ ਜਿਹੜਾ ਹੈ ਜਿਹੜਾ ਉਤੋਂ ਦਾ ਕੰਟਰੈਕਟ ਆ ਹੋ ਸਕਦਾ 160 ਘੰਟਿਆਂ ਦਾ ਹੋਵੇ 169 ਘੰਟਿਆਂ ਦਾ ਹੋਵੇ ਠੀਕ ਨਾ ਮੈਂ ਹੁਣ ਤੁਹਾਨੂੰ ਦੱਸਣ ਲੱਗਾ 169 ਘੰਟਿਆਂ ਦੇ ਹਿਸਾਬ ਨਾਲ ਠੀਕ ਨਾ ਜੇ ਆਪਾਂ 10.82 ਪੈਸੇ ਨੂੰ 169 ਦੇ ਹਿਸਾਬ ਨਾਲ ਕਰੀਏ ਹਿਸਾਬ ਤੇ ਤੁਹਾਡੀ ਬਣਦੀ ਆ 1800 ਤੇ 29 ਯੂਰੋ ਦੇ ਕਰੀਬ ਤਨਖਾਹ ਬਣਦੀ ਹੁਣ ਇਹਦੇ ਚੋਂ ਤੁਹਾਡਾ ਟੈਕਸ ਕੱਟਿਆ ਜਾਣਾ ਜਦੋਂ ਮੈਂ ਤੁਹਾਨੂੰ ਅੱਗੇ ਦੱਸ ਕੇ ਟਿਆਂ ਵੀ ਹਰ ਇੱਕ ਦੀ ਟੈਕਸ ਦੀ ਪਰਸੈਂਟੇਜ ਵੱਖਰੀ ਵੱਖਰੀ ਕੱਟੀ ਜਾਣੀ ਹੁਣ ਤੇ ਜੇ ਆਪਾਂ ਗੱਲ ਕਰੀਏ ਟੈਕਸ ਨੰਬਰ 1 ਦੇ ਨਾਲ ਜਿਹੜੇ ਸਿੰਗਲ ਨੇ ਤੇ ਉਹਨਾਂ ਦਾ ਜਿਹੜਾ ਟੈਕਸ ਆ ਇਹਦੇ ਵਿੱਚੋਂ ਕੱਟਿਆ ਜਾਣਾ 482 ਔਰੋ ਤੇ 67 ਪੈਸੇ ਟੈਕਸ ਕੱਟਿਆ ਜਾਣਾ 1829 ਔਰੋ ਦੇ ਵਿੱਚੋਂ ਤੇ ਜਿਹੜੀ ਤੁਹਾਡੀ ਟੈਕਸ ਕੱਟ ਕਟਾ ਕੇ ਤੁਹਾਡੇ ਕੋਲ ਦੇ ਵਿੱਚ ਤਨਖਾਹ ਆਉਣੀ ਆ ਉਹ ਹੈਗੀ ਆ ਤੁਹਾਡੀ ਜਿਹੜੀ ਤਨਖਾਹ 1300 ਤੇ 46 ਔਰੋ ਤੇ ਕੁਝ ਪੈਸੇ ਦੇ ਕਰੀਬ ਠੀਕ ਹੈ ਨਾ ਇਹ ਤੇ ਹੋ ਗਿਆ ਤੁਹਾਡਾ ਹਿਸਾਬ ਵੀ ਕਿੰਨੀ ਤੁਹਾਨੂੰ ਤਨਖਾਹ ਇੱਕ ਨਾਰਮਲ ਬੰਦੇ ਨੂੰ ਮਿਲਦੀ ਆ ਠੀਕ ਹੈ ਨਾ ਤੇ ਜੇ ਗੱਲ ਕਰੀਏ ਜਿਨ੍ਹਾਂ ਦਾ ਵਿਆਹ ਆ ਉਹਨਾਂ ਦੀ ਪਰਸੈਂਟੇਜ ਦੇ ਹਿਸਾਬ ਨਾਲ ਵੱਖਰਾ ਵੱਖਰਾ ਹੁਣ ਮੈਨੂੰ ਪਤਾ ਨਹੀਂ ਕਿਹਦਾ ਕਿਹੜਾ ਟੈਕਸ ਨੰਬਰ ਹੈ ਉਹਦੇ ਹਿਸਾਬ ਨਾਲ ਪਰਸੈਂਟੇਜ ਕੱਟੀ ਜਾਣੀ ਜਿਹੜੀ ਸਿੰਗਲ ਬੰਦੇ ਦੀ ਉਹ ਮੈਂ ਤੁਹਾਨੂੰ ਤਨਖਾਹ ਦੱਸ ਦਿੱਤੀ ਇੱਕ ਵਾਰੀ ਮੈਂ ਫੇਰ ਦੱਸ ਦੇਣਾ 1829 ਔਰੋ ਮਿਲਦੇ ਨੇ ਮੋਟਾ ਜਿਹਾ ਹਿਸਾਬ ਐਸ ਟਾਈਮ ਜਿਹੜਾ ਮਿਨੀਮਮ ਪ੍ਰਾਈਸ ਆ ਜਿਹੜਾ ਸਰਕਾਰੀ ਰੇਟ ਆ 1829 ਔਰੋ ਦੇ ਵਿੱਚੋਂ ਤੁਹਾਡੇ 400 ਤੇ 82 ਔਰੋ ਤੇ 67 ਪੈਸੇ ਟੈਕਸ ਕੱਟਿਆ ਜਾਣਾ ਤੇ ਜਿਹੜੀ ਤੁਹਾਡੇ ਅਕਾਊਂਟ ਦੇ ਵਿੱਚ ਤਨਖਾਹ ਆਉਣੀ ਆ ਉਹ ਹੈਗੀ 1346 ਔਰੋ ਤੇ ਕੁਝ ਪੈਸੇ ਠੀਕ ਹੈ ਨਾ ਇਹ ਤੇ ਹੋ ਗਿਆ ਵੀ ਆਪਾਂ ਨੂੰ ਹੁਣ ਕਿੰਨੀ ਤਨਖਾਹ ਮਿਲਦੀ ਹੁਣ ਅੱਗੇ ਕਿੰਨੀ ਤਨਖਾਹ ਵਧਣੀ ਜੇ ਆਪਾਂ ਗੱਲ ਕਰੀਏ 2022 ਦੀ ਦਸੰਬਰ 2022 ਤੱਕ ਜਿਹੜੇ ਆ 12 ਔਰੋ ਤੱਕ ਜਿਹੜੇ ਆ ਵਧ ਜਾਣੇ ਨੇ ਕਹਿੰਦੇ ਠੀਕ ਹੈ ਨਾ ਤੇ ਆਈ ਹੋਪ ਤਾਨੂੰ ਮੇਰੀ ਵੀਡੀਓ ਵਧੀਆ ਲੱਗੀ ਹੋਊਗੀ ਲਾਈਕ ਸ਼ੇਅਰ ਕਮੈਂਟ ਕਰ ਦਿਓ ਵੀਰ ਮੇਰਾ ਜੇ ਤੁਹਾਨੂੰ ਚੰਗੀ ਲੱਗੀ ਤੇ ਦੱਸ ਦਿਓ ਕਮੈਂਟ ਕਰ ਦਿਓ ਜੇ ਤੁਸੀਂ ਹੋਰ ਵੀ ਕੁਝ ਪੁੱਛਣਾ ਤੇ ਉਹ ਵੀ ਮੈਨੂੰ ਕਮੈਂਟ ਦੇ ਵਿੱਚ ਲਿਖ ਸਕਦੇ ਆ ਤੇ ਆਪਾਂ ਹੁਣ ਮਿਲਾਂਗੇ ਅਗਲੀ ਵੀਡੀਓ ਨਾਲ ਥੈਂਕ ਯੂ ਤੇ ਬਾਏ ਬਾਏ